ਵਾਸੜੇ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ। ਮੰਦਿਰ ਚ ਚੱਲ ਰਹੀ ਅਨੋਖੀ ਪਰੰਪਰਾ। ਭਗਤਾਂ ਦੇ ਸਿਰ ਤੋਂ ਵਾਰੀ ਜਾਂਦੀ ਹੈ ਮੁਰਗੀ। ਦੂਰ ਹੁੰਦੇ ਨੇ ਦੁੱਖ ਤੇ ਰੋਗ। ਜੀ ਹਾਂ, ਮੰਦਿਰਾਂ ਦੇ ਵਿੱਚ ਬਾਸੜੇ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਭਗਤਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵੀ ਲੱਗੀਆਂ ਨੇ। ਬਾਸੜੇ ਦੇ ਤਿਉਹਾਰ 'ਚ ਖਾਸ ਤੌਰ ਤੇ ਮਾਪੇ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਮਾਤਾ ਸੀਤਲਾ ਦੀ ਪੂਜਾ ਕਰਦੇ ਨੇ। ਰਾਤ ਵੇਲੇ ਪ੍ਰਸ਼ਾਦ ਤਿਆਰ ਹੁੰਦਾ ਹੈ ਤੇ ਸਵੇਰੇ ਉਸੇ ਹੀ ਬਾਸੇ ਪ੍ਰਸ਼ਾਦ ਦਾ ਮਾਤਾ ਰਾਣੀ ਨੂੰ ਭੋਗ ਲਗਾਇਆ ਜਾਂਦਾ ਹੈ। ਪਰ ਇਸ ਮੰਦਿਰ ਦੇ ਵਿੱਚ ਇਸ ਤਿਉਹਾਰ ਦੇ ਮੌਕੇ ਇੱਕ ਹੋਰ ਅਨੋਖੀ ਪਰੰਪਰਾ ਚੱਲ ਰਹੀ ਹੈ, ਜਿਸ ਵਿੱਚ ਭਗਤਾਂ ਦੇ ਸਿਰ ਤੋਂ ਮੁਰਗੀ ਵਾਰੀ ਜਾਂਦੀ ਹੈ। ਉਹਨਾਂ ਦੇ ਸਿਰ ਤੋਂ ਮੁਰਗੀ ਨੂੰ ਘੁਮਾਇਆ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਉਹਨਾਂ ਦੇ ਦੁੱਖ ਰੋਗ ਦੂਰ ਹੋ ਜਾਂਦੇ ਨੇ। ਇਹ ਤਸਵੀਰਾਂ ਰਾਜਪੁਰਾ ਦੇ 50 ਸਾਲ ਪੁਰਾਣੇ ਸੀਤਲਾ ਮਾਤਾ ਮੰਦਰ ਦੀਆਂ ਨੇ, ਜਿੱਥੇ ਮੰਦਰ ਦੇ ਵਿੱਚ ਬਾਸੜੇ ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂ ਪਹੁੰਚੇ ਨੇ, ਮਾਤਾ ਰਾਣੀ ਦਾ ਜਸ ਗਾਇਨ ਕਰ ਰਹੇ ਨੇ, ਪੂਜਾ ਕਰ ਰਹੇ ਨੇ ਤੇ ਨਾਲ ਹੀ ਇੱਥੇ ਮੁਰਗੀ ਨੂੰ ਭਗਤਾਂ ਦੇ ਸਿਰ ਤੋਂ ਘੁਮਾ ਕੇ ਉਹਨਾਂ ਦੀ ਨਜ਼ਰ ਉਤਾਰੀ ਜਾ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਤਿਉਹਾਰ ਮੌਕੇ ਬੱਚਿਆਂ ਲਈ ਪੂਜਾ ਹੁੰਦੀ ਹੈ ਅਤੇ ਅਜਿਹਾ ਕਰਨ ਦੇ ਨਾਲ ਬੱਚਿਆਂ ਦੇ ਦੁੱਖ ਰੋਗ ਦੂਰ ਰਹਿੰਦੇ ਨੇ ਤੇ ਉਹ ਤੰਦਰੁਸਤ ਰਹਿੰਦੇ ਨੇ। ਮੁਰਗੀ ਘੁਮਾਉਣ ਦੇ ਨਾਲ ਇਹ ਮੰਨਿਆ ਜਾਂਦਾ ਹੈ ਕਿ ਬੱਚਿਆਂ ਨੂੰ ਗਰਮੀਆਂ ਦੇ ਵਿੱਚ ਹੋਣ ਵਾਲੀਆਂ ਫਿੰਸੀਆਂ ਅਤੇ ਪਿੱਤ ਤੋਂ ਬਚਾ ਰਹਿੰਦਾ ਹੈ। ਨਾਲ ਹੀ ਇੱਥੇ ਮੱਥਾ ਟੇਕ ਕੇ ਮਾਤਾ ਦੀ ਪੂਜਾ ਕਰਨ ਵਾਲੇ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਬੱਚਿਆਂ ਦੀ ਸੁੱਖ ਸ਼ਾਂਤੀ ਲਈ, ਬੱਚਿਆਂ ਦੇ ਉਹਦੇ ਲਈ ਆਪਾਂ ਮੱਥਾ ਟੇਕਦੇ ਹਾਂ ਵੀ ਇਹਨਾਂ ਦੇ ਕੋਈ ਜਿਵੇਂ ਕਹਿੰਦੇ ਜੇ ਸਮਾਜਾਂ ਦੀ ਕੋਈ ਬਿਮਾਰੀ ਆਉਂਦੀ ਵੀ ਉਹ ਨਾ ਆਵੇ। ਇਸ ਕਰਕੇ ਜਿਵੇਂ ਸਾਡੇ ਵੱਡੇ ਵੱਡੇ ਲਈ ਟੇਕ ਰਹੇ ਹਾਂ ਉਸ ਤਰ੍ਹਾਂ ਅਸੀਂ ਉਹਨਾਂ ਦੀ ਪਰੰਪਰਾ ਚਾਲੂ ਰੱਖੀ ਹੋਈ ਹੈ। ਅਤੇ ਕਿਸ ਚੀਜ਼ ਦਾ ਪ੍ਰਸ਼ਾਦ ਚੜਾਉਂਦੇ ਹੋ ਤੁਸੀਂ? ਇਸ ਗੁਲਗੁਲੇ, ਕਚੌੜੀਆਂ, ਕੋਈ ਮਿੱਠੇ ਚਾਵਲ, ਜਿਸ ਤਰ੍ਹਾਂ ਉਹਨਾਂ ਦੇ ਪਰੰਪਰਾਵਾਂ 'ਚ ਬਣਦੀਆਂ ਚੀਜ਼ਾਂ ਉਵੇਂ ਉਵੇਂ ਚਲਾਉਂਦੇ ਹਾਂ। ਕਿੰਨੇ ਕੁ ਸਾਲਾਂ ਤੋਂ ਮੱਥਾ ਟੇਕ ਰਹੇ ਤੁਸੀਂ? ਸਾਨੂੰ ਹੋ ਗਏ 30-35 ਸਾਲ ਤਾਂ ਮੈਨੂੰ ਹੋ ਗਏ। ਇੱਥੇ ਆ ਕੇ ਜਾਣੀ ਕਿ 19 ਸਾਲ ਹੋ ਗਏ। ਪਹਿਲਾਂ ਕਿੱਥੇ ਟੇਕਦੇ ਸੀਗੇ? ਪਹਿਲਾਂ ਮੇਰੇ ਮੰਮੀ ਡੈਡੀ ਉੱਥੇ ਟੇਕਦੇ, ਮਲੇਰਕੋਟਲੇ ਟੇਕਦੇ ਸੀ। ਤਾਂ ਬੱਚਿਆਂ ਦੇ ਮਤਲਬ ਫੁੰਸੀਆਂ ਫੋੜੇ ਵਗੈਰਾ ਨਹੀਂ ਨਿਕਲਦੇ? ਹਾਂਜੀ, ਉਹੀ ਹੈ ਵੀ ਉਹਨਾਂ ਲਈ ਠੰਡੇ ਚੋਲੇ ਬਖਸ਼ੇ ਮਾਤਾ ਰਾਣੀ। ਸੁੱਖ ਸ਼ਾਂਤੀ ਵਿੱਚ ਮੇਲਾ ਭਰਿਆ ਜੀ, ਬੱਚਿਆਂ ਦੀ ਸੁੱਖ ਸ਼ਾਂਤੀ ਹੋਵੇ ਜੀ। ਹਾਂਜੀ, ਇਹ ਮੇਲਾ ਜੀ ਬਹੁਤ ਅੱਛੀ ਤਰ੍ਹਾਂ ਭਰਦਾ ਜੀ, 25-30 ਸਾਲ ਹੋ ਗਏ ਭਰਦੇ ਭਰਾਉਂਦਿਆਂ ਨੂੰ ਸਾਨੂੰ। ਹਾਂਜੀ, ਹਾਂ ਸਰ ਜੀ, ਇੱਥੇ ਜਿਹੜਾ ਪ੍ਰਸ਼ਾਦ ਚੜ੍ਹਦਾ ਹੈਗਾ ਉਹ ਪੱਕੇ ਭੋਜਨ ਦਾ ਕਿਹੜਾ ਕਿਹੜਾ ਚੜ੍ਹਦਾ? ਇਹ ਜੀ ਕਚੌਰੀਆਂ, ਗੁਲਗੁਲੇ, ਮਿੱਠੇ ਚੌਲ, ਪੂਰੀਆਂ, ਪੂਰੇ ਚੜ੍ਹਦੇ ਜੀ, ਪੂਰੀਆਂ ਚੜ੍ਹਦੀਆਂ, ਸਾਰਾ ਪਕਵਾਨ ਚੜ੍ਹਦਾ ਜੀ। ਤਾਂ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਆ? ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਸੁੱਖ ਸ਼ਾਂਤੀ 'ਤੇ ਜੀ ਪਰਮਾਤਮਾ ਮੇਲਾ ਭਰਾ ਦੇ। ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਜੀ, ਬਹੁਤ ਅੱਛਾ ਪ੍ਰੋਗਰਾਮ ਹੁੰਦਾ ਜੀ, 25-30 ਸਾਲ ਹੋ ਗਏ ਸਾਨੂੰ ਮੇਲਾ ਭਰਾਉਂਦੇ ਹਨ ਜੀ। ਸ਼ੀਤਲਾ ਮਾਤਾ ਦਾ ਮੰਦਰ ਕਿਉਂ ਇਸ ਤਰ੍ਹਾਂ ਕਰਦੇ ਆ? ਇਸ ਵਿੱਚ ਸ਼ੁਰੂ ਤੋਂ ਹੀ ਇਹ ਚੱਲਦੀ ਆਈ ਹੈ ਰੀਤ, ਜਦੋਂ ਮਾਤਾ ਦਾ ਮੱਥਾ ਟਿਕਦਾ ਜੀ ਅੰਦਰ ਤੋਂ ਪਹਿਲਾਂ ਅੰਦਰ ਜਾਏਗੇ ਅਗਲਾ ਥਾਨਾ ਤੋਂ ਜਾਣਗੇ, ਉਸ ਤੋਂ ਬਾਅਦ ਫਿਰ ਮੁਰਗੀ ਛੁਆਈ ਜਾਂਦੀ ਹੈ ਜੀ। ਮੁਰਗੀ ਇਹ ਛੁਆਈ ਜਾਂਦੀ ਹੈ ਜੇ ਕਿਸੇ ਕੋ ਬੱਚਾ ਨਾ ਹੋਵੇ ਜਾਂ ਵਿਆਹ ਸ਼ਾਦੀ ਨਾ ਹੋਵੇ ਜਾਂ ਕਿਸੇ ਕਾਰੋਬਾਰ ਨਾ ਬੰਦਾ ਹੋਵੇ, ਉਹ ਕੰਮ ਹੋ ਜਾਂਦਾ ਜੀ।